ਅਕਾਲ ਜੀ, ਮੈਂ ਤੁਹਾਡਾ ਆਪਣਾ ਪ੍ਰਗਟ ਸਿੰਘ। ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੋ ਮੇਰੇ ਵੱਡੇ ਬ੍ਰਦਰ ਗੁਰਦੇਵ ਸਿੰਘ ਜੀ ਅੱਜ ਅਜਨਾਲਾ ਵਨ ਸਿਟੀ ਦੇ ਵਿੱਚ BO ਦੀ ਜੋਬ ਦੇ ਉੱਤੇ ਅੱਜ ਹੋਏ ਨੇ। ਔਰ ਮੈਂ ਆਸ ਕਰਦਾ ਹਾਂ ਕਿ ਜਿੰਨਾ ਵੀ ਸਾਡਾ ਪੜ੍ਹਾਈ ਦਾ ਮਿਆਰ ਆ ਉਹਨੂੰ ਵੱਧ ਤੋਂ ਵੱਧ ਉੱਚਾ ਚੁੱਕਣਗੇ। ਔਰ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕੈਪਟਨ ਸਰਕਾਰ ਦਾ ਜੋ ਉਹਨਾਂ ਨੇ ਇਹ ਮੌਕਾ ਦਿੱਤਾ, ਕਿਉਂਕਿ ਜੋ ਵਿੱਦਿਅਕ ਅਦਾਰਿਆਂ ਵਿੱਚ ਜੋ ਆਪਣੀ ਪੜ੍ਹਾਈ ਦਾ ਮਿਆਰ ਆ ਉਹਨੂੰ ਉੱਚਾ ਚੁੱਕਣਗੇ। ਔਰ ਇਹਨਾਂ ਨੇ ਗੁਰਦੇਵ ਸਿੰਘ ਜੀ ਨੇ ਪਹਿਲਾਂ ਵੀ ਜੋ ਦੇਸ਼ ਦੀ ਸੇਵਾ ਕੀਤੀ ਹੈ 15 ਸਾਲ ਦੇਸ਼ ਸੇਵਾ ਕਰਕੇ, ਉਸ ਤੋਂ ਬਾਅਦ ਇਹ BO ਦੀ ਨੌਕਰੀ ਵਿੱਚ ਆਏ ਨੇ। ਔਰ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ। ਕਿੱਥੇ ਜੋਬ ਦਿੱਤੀ ਪਹਿਲਾਂ? ਪਹਿਲਾਂ ਜੀ ਇਹ ਆਰਮੀ ਦੇ ਵਿੱਚ ਇਹਨਾਂ ਨੇ ਜੋਬ ਕੀਤੀ ਹੋਈ ਹੈ। ਅੱਛਾ। ਹਾਂਜੀ ਹਾਂਜੀ, ਬਤੌਰ ਆਰਮੀ ਦੇ ਵਿੱਚ 15 ਸਾਲ ਸੂਬੇਦਾਰ ਐਜੂਕੇਸ਼ਨ ਦੇ ਵਿੱਚ ਇਹਨਾਂ ਨੇ ਨੌਕਰੀ ਕੀਤੀ ਹੈ ਔਰ ਉੱਥੇ ਵੀ ਦੇਸ਼ ਦੀ ਸੇਵਾ ਕੀਤੀ ਹੈ। ਹੁਣ ਅੱਗੇ ਵੀ ਇਹ ਪੰਜਾਬ ਸਰਕਾਰ ਦੇ ਵਿੱਚ ਬਤੌਰ BO ਦੀ ਨੌਕਰੀ ਕਰਨ ਜਾ ਰਹੇ ਨੇ ਜੋ ਅੱਜ ਹੋਏ ਨੇ। ਔਰ ਇਹ ਹੁਣ ਗਾਂ ਆਪਣੇ ਬੱਚਿਆਂ ਦਾ ਸੁਧਾਰ ਕਰਨਗੇ, ਬੱਚਿਆਂ ਦੇ ਜੋ ਪੜ੍ਹਾਈ ਦਾ ਮਿਆਰ ਨੂੰ ਉੱਚਾ ਕਰਨਗੇ। ਸੋ ਧੰਨਵਾਦ ਜੀ, ਸ਼ੁਕਰੀਆ ਜਿਹੜਾ ਤੁਹਾਨੂੰ ਅਹੁਦਾ ਦਿੱਤਾ। ਮੈਂ ਗੁਰਦੇਵ ਸਿੰਘ, BPO ਅਜਨਾਲਾ ਅੱਜ ਜੁਆਇਨ ਕਰ ਰਿਹਾ ਅਤੇ ਸਾਰੇ ਟੀਚਰ ਭਾਈਚਾਰੇ ਦਾ ਔਰ ਆਲ ਯੂਨੀਅਨਸ ਜੋ ਸਾਹਿਬਾਨ ਲੋਕ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ। ਅਤੇ ਅੱਜ ਤੋਂ ਮੈਂ ਆਪਣੀ ਜ਼ਿੰਮੇਵਾਰੀ ਜੋ ਹੈ ਵਿੱਦਿਅਕ ਸੰਸਥਾ ਦੇ ਵਿੱਚ, ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਪੂਰੇ ਤਨਮਾਨਾ ਨਿਭਾਵਾਂਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਵਿੱਦਿਆ ਦਾ ਪੱਧਰ ਹੈ ਉਸਨੂੰ ਉੱਚਾ ਚੁੱਕਿਆ ਜਾਏਗਾ ਅਤੇ ਜੋ ਵੀ ਸੈਕਟਰੀ ਸਾਹਿਬ ਵੱਲੋਂ ਸਾਡੇ ਵੱਲੋਂ ਕਾਰਿਕ੍ਰਮ ਚਲਾਏ ਜਾ ਰਹੇ ਨੇ ਜਿਸ ਤਰ੍ਹਾਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਸਮਾਰਟ ਸਕੂਲਸ 'ਤੇ ਜ਼ੋਰ ਦਿੱਤਾ ਜਾਵੇਗਾ। ਧੰਨਵਾਦ, ਥੈਂਕ ਯੂ। ਕਿਹੜੇ ਬੋਲਣ ਦੀ ਹੋਰ ਇੱਥੋਂ ਆਓ ਸਰ, ਆ ਜਾਓ ਤੁਸੀਂ ਇੱਥੇ ਰਹੋ ਜੀ। ਹਾਂਜੀ ਬਸ ਇੱਥੇ ਹਾਂਜੀ ਸਰ ਆਪਣਾ